रहमान रहीम। मेरे वाजिब उल एहतराम बुजुर्गो दोस्तों अजीजों अस्सलाम वालेकुम। ब्रावो, कितना सारे तहरीक दे वडेरे ने खिदमत हैं जो आज शोरा छले मुंदरी बोसो किनार दी गाल नहीं करेंदा, अपने हकूक दी गाल करेंदा। इमें आजाद शहरी जो कोई 17 खसूसन सराइकी दराबर जहूर दरेजे सही की इजाजत मंगदे हुए कि साडे मुंह ते द्राबक गुरबत दे साडे होंठां ते त्रिह करबल दी साडे मुंह ते द्राबक गुरबत दे साडे होंठां ते त्रिह करबल दी साडे पेरे नायल गुलामी दे साडी कंड ते डांडा तलणे जां और साडी धी मोहताज है बोछण दी साडे पुत्र सवाली रोटी दे असा नस्लें दे करज़ई है से साडे भुखे बाल पथारी ते गल गिची लग ते सुते पैन और असा केको वंज अरदास करूं इत सुनदे कौन गरीबे दी इत सब मसनोई चेहरे हैं इत राहजन राहबर दिसदे हैं इत लोढ़ा रड़कू चरदा है इत शोहरत जान दी जोखू है इत सच बोलन को जुर्म हदन इत रस्मा दीन दा हिस्सा है इत रस्मा दीन दा हिस्सा है इत बोली लगदी है फतवे दी इत मस्जिद मिलदी है ठेके ते इत गर्दन बाल मसीत कनू इत घोट कुहींदन मकतल विच इत फटदन बम जनाजे विच खुशियां दा रहंदे काल इथां थंज पींदे कुछ दिन बाल इथां असाई नगरी दे वासी हैं अरदासी हैं अल्लाह रासी हैं असा हक दे गासिब कौनू हुण हक मंगना नहीं हक खसना है असा पूरी कौम को दसना है हक मंगण बगावत है जेकर असा बागी हैं असा बागी हैं। ताड़ी मरे से जाते हैं सैफल से उनके ताड़ी मरे से और आए वक्त दशा मैं ना क्या गिना तो सही समझी बैठो आए वक्त दशा मिली फुर्सत आ सुन मंज दुखे हाल साडे ਓਏ ਕਿਵੇਂ ਗੁਰਬਤ ਵਿੱਚ ਗੁਜ਼ਰੇਂਦੇ ਪਿਓ ਇੱਕ ਰਾਤ ਨਿਭਾ ਵੰਨਾਲ ਸਾਡੇ ਤੇਰੀ ਜੁੱਤੀ ਮੈਲੀ ਨਹੀਂ ਥੀਂਦੀ ਕਿਉਂ ਪੇਰੇ ਨੇਂਦੀ ਵਾਲ ਸਾਡੇ ਤੇ ਕੋ ਸਾਰੀ ਖਬਰ ਲਗਵੇ ਸੇ ਕਿਵੇਂ ਭੁੱਖੇ ਸੁਮਦਨ ਬਾਲ ਸਾਡੇ ਤੂੰ ਏਸੀ ਲਾ ਤੇ ਸਮਵੇਂਦੀ ਸਾਡੇ ਬੱਚੇ ਇਤਨੀ ਦੁੱਖੇ ਹਨ ਤੇਰੇ ਬਾਲ ਖਿਡਾ ਤੇ ਬਾਲ ਸਾਡੇ ਜਦੋਂ ਵਲਦਨ ਵਲਦੇ ਭੁੱਖੇ ਹਨ ਨਹੀਂ मैं जड़ी जाते पढ़ना चाहना वो जरा यार वधो आए वक्त दशा सारी गुरबत दी वैसा को बिल्कुल यार खबर कहीं नहीं वैसा जा रात को छिरकिया निकल में दिन तेरे बॉडी गार्डन डर कहीं नहीं तू समझी शीश महल दे विच साड़ी छत कहीं नहीं साड़ा डर कहीं नहीं तेरे घर च एसी हीटर हैं असा वेभते प्यू साड़ा घर कहीं नहीं ਕਿਵੇਂ ਰੱਬ ਕੋ ਵੰਜ ਕੇ ਪਾਂਦਰੇ ਸੇ ਤੇਰੇ ਖੀਰ ਲਕੇ ਦੇ ਕੁੱਤੇ ਪੈਨ ਸਾਡੇ ਭੁੱਖੇ ਬਾਲ ਪਥਾਰੀ ਤੇ ਗੱਲ ਗਿੱਚੀ ਲੱਗ ਤੇ ਸੁੱਤੇ ਪੈਨ ਔਰ ਅੰਧੇਰ ਨਗਰੀ ਦਾ ਅੰਧਾ ਸ਼ਾਹ ਜ਼ਮੀਰ ਤੈ ਤੂੰ ਜਵਾਬ ਮੰਗਦਨ ਅਸਾਡੇ ਨਸਲੇ ਕੋ ਗਿਰਵੀ ਰੱਖ ਤੇ ਤੂੰ ਜੋ ਕਮਤੀ ਹਿਸਾਬ ਮੰਗਦਨ ਗਯੂਰ ਧਰਤੀ ਦੇ ਨੌਜਵਾਨ ਹੁਣ ਸਵੇਲ ਸੋਝਲ ਦੇ ਖਾਬ ਮੰਗਦੇ ਗੁਲਾਮੀ ਬਦਲੇ ਨਵੀਂ ਨਸਲ ਦੇ ਨਵੇਂ ਜ਼ਹਿਨ ਇਨਕਲਾਬ ਮੰਗਦੇ ਹੁਣ ਡੂਲੇ ਨੇ ਤੇ ਤਵੱਜੋ ਕਰੇ ਸੋ ਤੂੰ ਫੈਸਲਾ ਜਿਹੜਾ ਕਰਨੀ ਅੱਜ ਕਰ ਸਵੇਲ ਜੈਸਾ ਕੋ ਧਮਕਿਆ ਨਾ ਦੇ ਅਸਾਂ ਕਫਨ ਸਿਰ ਤੇ ਬੰਦ ਗਿਦਾ ਹੈ ਕੋ ਜੇਲ ਜੈਸਾ ਕੋ ਧਮਕਿਆ ਨਾ ਦੇ ਔਰ ਤੁਹਾਡੇ ਕਿਤੇ ਇੱਕ ਸ਼ੇਰ ਕਿ ਤੇਰੇ ਰਿਜ਼ਕ ਦਾ ਵਾਰਿਸ ਅੱਲਾ ਹੈ ਨਾ ਰਿਜ਼ਕ ਸਿਆਸਤਦਾਨ ਤੋਂ ਮੰਗ ਨਾ ਐਮਪੀਏ ਨਾ
ਮੈਂ ਸਾਦਰੇ ਪਾਕਿਸਤਾਨ ਤੋਂ ਮੰਗ ਓਏ ਜਿਹੜੇ ਤੇ ਖੁਦ ਮੰਗਦੇ ਨੇ ਤੈਨੂੰ ਕਿਆ ਦੇਸਨ ਜਿਹੜੇ ਖੁਦ ਮੰਗਦੇ ਨੇ ਤੈਨੂੰ ਕਿਆ ਦੇਸਨ ਨਾ ਆਪ ਸਮੇਂ ਇਨਸਾਨ ਤੋਂ ਮੰਗ ਜਿਹੜਾ ਪੱਥਰ ਦੇ ਵਿੱਚ ਕੀੜੇ ਘੂੰਡੇ ਦੇ ਰਿਜ਼ਕ ਤੂੰ ਰਹਿਮਾਨ ਤੋਂ ਮੰਗ ਤੂੰ ਜਾਣਦੀ ਲੀਡਰ ਕਈ ਪਾਸੇ ਓਏ ਜਿੱਦਾਂ ਰਲਦੇ ਖਰਚਾ ਮਿਲ ਵੇਂਦੇ ਜੇ ਵੋਟਰ ਪਾਰਟੀ ਬਦਲੇ ਚਾਹ ਤਾਂ ਸ਼ਾਮ ਕੋ ਪਰਚਾ ਮਿਲ ਵੇਂਦੇ ਔਰ ਇਹ ਤਖਤ ਲਾਹੌਰ ਦਾ ਕਈ ਹਾਕਮ ਨਹੀਂ ਮੁਖਲਿਸ ਨਾਲ ਸਰਾਇਕੇ ਦੇ ਓਏ ਜਿਹੜੇ ਹਾਲ ਦੱਸਣ ਦੇ ਕਾਬਿਲ ਨਹੀਂ ਹਨ ਇੰਝੇ ਹਾਲ ਸਰਾਇਕੇ ਦੇ ਸਾਡੀ ਰੋਹੀ ਗੈਰ ਦੇ ਵਾਤ ਵਿੱਚ ਹੈ ਤਾਹੂੰ ਵਿਕ ਗਿਨ ਮਾਲ ਸਰਾਇਕੇ ਦੇ ਓਏ ਐਮ ਏ ਜਾਂ ਡਿਗਰੀਆਂ ਹੱਥ ਵਿੱਚ ਪਾ ਵਧੇ ਰੁਲਦਨ ਬਾਲ ਸਰਾਇਕੇ ਦੇ ਐਮ ਏ ਜਾਂ ਡਿਗਰੀਆਂ ਹੱਥ ਵਿੱਚ ਪਾ ਵਧੇ ਰੁਲਦਨ ਬਾਲ ਸਰਾਇਕੇ ਦੇ ਹਰ ਬਾਲ ਉਭੇਚੜ ਨਗਰੀ ਦਾ ਬਣ ਅਫਸਰ ਕਾਰ ਚਲਈ ਵਧਾ ਹੈ ਹਰ ਬਾਲ ਸਰਾਇਕੀ ਨਗਰੀ ਦਾ ਹਰ ਚੌਕ ਤੇ ਰੇੜੀ ਲਈ ਵਧਾ ਹੈ ਓਏ ਸਾਡਾ ਸੂਬਾ ਬਣਦਾ ਥੀ ਵੇਂਦੇ ਖੁਸ਼ਹਾਲ ਕਰਾਚੀ ਕਿਉਂ ਵੇਂਦੇ ਸਾਡੇ ਜ਼ਿਲ੍ਹੇ ਚ ਮਿਲਾਂ ਲੱਗ ਵੇਂਦਿਆਂ ਸਾਰੇ ਬਾਲ ਕਰਾਚੀ ਕਿਉਂ ਵੇਂਦੇ ਸਾਡੇ ਸਿਰ ਗੁਰਬਤ ਦੇ ਟੁੱਟਦੇ ਨਾ ਜੇ ਕਾਲ ਕਰਾਚੀ ਕਿਉਂ ਵੇਂਦੇ ਸਾਕੂ ਘਰ ਮਜ਼ਦੂਰੀ ਜੇ ਮਿਲਦੀ ਹਰ ਸਾਲ ਕਰਾਚੀ ਕਿਉਂ ਵੇਂਦੇ ਵੇਂਦੇ ਖੁਸ਼ੀਆਂ ਗਿਣਨ ਕਰਾਚੀ ਹੈ ਪਰ ਗਮਿਆ ਰਾਹ ਚ ਰਲ ਆਉਂਦੇ ਮਜ਼ਦੂਰੀਆਂ ਕਰਨ ਵੇਂਦੇ ਪਰ ਐਂਬੂਲੈਂਸ ਚ ਲਾਸ਼ਾਂ ਵੱਲ ਆਉਂਦੇ ਔਰ ਇੱਕ ਨਾਜ਼ਮ ਦੀ ਫਰਮਾਇਸ਼ ਤੇ ਦੋ ਚਾਰ ਸ਼ੇਰ ਕਿ ਜ਼ਮਾਨੇ ਵਿੱਚ ਸ਼ਊਰ ਆ ਗਏ ਨਜੁਸਈ ਜ਼ਮਾਨੇ ਵਿੱਚ ਸ਼ਊਰ ਆ ਗਏ ਨਾ ਮਾਜ਼ੀ ਦੀ ਇਹ ਹਾਲਤ ਹੈ ਇਤੀ ਤਾਲੀਮ ਕਹਿਣਾ ਹਾ ਅੰਧਾਰਾ ਹੈ ਜਹਾਲਤ ਹੈ ਅੰਧਾਰਾ ਹੈ ਜਹਾਲਤ ਹੈ ਸੇਖ ਸ਼ੇਰ ਤੁਹਾਰੀ ਨਜ਼ਰ ਕਿ ਜਹਾਲਤ ਹੈ ਸ਼ੀਆ ਸੁੰਨੀ ਤਨਾਜ਼ੇ ਕਹਿਣਾ ਹੁੰਦੇ ਹਨ ਜਹਾਲਤ ਹੈ ਸ਼ੀਆ ਸੁੰਨੀ ਤਨਾਜ਼ੇ ਕਹਿਣਾ ਹੁੰਦੇ ਹਨ ਜਹਾਲਤ ਹੈ ਫੁੱਲੇ ਦੇ ਪਰ ਜਨਾਜ਼ੇ ਕਹਿਣਾ ਹੁੰਦੇ ਹਨ ਔਰ ਜਹਾਲਤ ਹੈ ਮਗਰ ਚੰਦੇ ਕਿਤੇ ਸੰਦੂਕ ਕਹਿਣਾ ਹੈ ਜਹਾਲਤ ਹੈ ਮਗਰ ਮਸਜਿਦ ਦੇ ਵਿੱਚ ਬੰਦੂਕ ਕਹਿਣਾ ਹੈ ਔਰ ਜਹਾਲਤ ਹੈ ਮੁਸਲਮਾਨੇ ਦੇ ਵਿੱਚ ਸੂਦ ਕਹਿਣਾ ਹਾ ਜਹਾਲਤ ਹੈ ਮਗਰ ਮਸਜਿਦ ਦੇ ਵਿੱਚ ਬਾਰੂਦ ਕਹਿਣਾ ਹਾ ਅੱਗੇ ਦੇ ਵਕਤ ਉਤੇ ਹੋਣ ਦਾ ਤਕਾਬਲ ਕੀਤੇ ਕਿ ਜਹਾਲਤ ਹੈ ਤੋੜੇ ਅਨਪੜ੍ਹ ਤਹਾਰਤ ਨਾ ਸਮਝਦੇ ਹਨ ਮਗਰ ਮਸਜਿਦ ਮਦਰਸੇ ਕੋ ਤਿਜਾਰਤ ਨਾ ਸਮਝਦੇ ਹਨ ਅਗਰ ਅੱਗੇ ਬੇਲੌਸ ਜਾ ਰਿਹਾ ਹਨ ਯਾਰਾਨਾ ਠੀਕ ਹਾ ਸੈਫਲ ਅੱਗੇ ਬੇਲੌਸ ਜਾ ਰਿਹਾ ਹਨ ਯਾਰਾਨਾ ਠੀਕ ਹਾ ਸੈਫਲ ਜਹਾਲਤ ਠੀਕ ਨਾ ਹੈ ਉਹ ਜ਼ਮਾਨਾ ਠੀਕ ਹਾ ਸੈਫਲ ਜ਼ਮਾਨਾ